ਕਾਹਨੂੰ ਮਾਰੀ ਜਾਈਏ ਹਟ ਜਾ ਹਟ ਜਾ ਨਾ ਓਹੋ ਮੈਂ ਬਚਾ ਲਓ ਬ੍ਰਿੰਦਰ ਜੀ ਮੈਨੂੰ ਤੁਸੀਂ ਬਾਈ ਮੈਨੂੰ ਬਚਾ ਹਟ ਜਾ ਨਾ ਓਏ ਹਟ ਜਾ ਹੁਣ ਡਿੱਗ ਪਾ ਹੁਣ ਆਪੇ ਡਿੱਗੀ ਨੂੰ ਦੋਗੀ ਪਾਣੀ चूल्हे चौके कर लूगी सारा चल इन करी रेड़ी जी पा दी उठी छिटा मांगे रोटी हाँ हाँ कोई नी मैं पा दी और दो तीन दिन का पहला वाला भी रेड़ी जी पे कट्ठा करके सारा छिटा मैं कोई नी चल ठीक है चंगा मैं जाना फिर हाँ हाँ कोई नी मैं वरिंदर भेज दूंगी चंगा ठीक है चल मैं काम अजे कर लगा कर दो बेचारी तो गोहे कूड़े का तो मैं कर लिया करूँ चल चूल्हे चौंके का आप ही सामभ लिया करूँगी हूँ चल मैं ऐसा सौखा हो गया अगे तो सारा ही आप दे सिर सी करेगा ਕਿੱਡਾ ਭਾਬੀ ਦਾ ਚਮਚਾ ਗਾ ਮੈਨੂੰ ਕਹਿੰਦਾ ਕੰਮ ਕਰ ਲਿਆ ਕਰੇ ਲੈ ਬੋਲੀ ਨਹੀਂ ਅਕੇ ਤੂੰ ਵੀ ਕੰਮ ਕਰ ਲਿਆ ਕਰ ਚੋਲਣ ਕਹਿੰਦੀ ਸੀ ਨਾ ਕੋਈ ਨਣਦਾ ਨਾ ਤੇਰੀ ਸੱਸ ਹੈ ਜਠਾਣੀ ਹੈ ਇਕੱਲੀ ਦੋਨੇ ਭੈਣਾਂ ਰਲ ਮਿਲ ਕੇ ਰਹਿ ਪਿਓ ਭੈਣ ਇਹ ਰਲ ਮਿਲ ਕੇ ਮੈਨੂੰ ਤਾਂ ਕੰਮ ਲਾ ਤਾ ਆਉਣੇ ਸਾਰੇ ਸਾਰਾ ਦਿਨ ਐਸ਼ ਕਰਦੀ ਹੈ ਬਥੇਰੇ ਕੰਮ ਕਰ ਲਏ ਜਿਵੇਂ ਕਿਤੇ ਗੁੜੀ ਹੋ ਗਈ ਹੁੰਦੀ ਹੈ ਦੋ ਚਾਰ ਸਾਲ ਪਹਿਲਾਂ ਕੀ ਆ ਗਈ ਕੋਈ ਨਾ ਕੰਮ ਤਾਂ ਮੈਂ ਕਰ ਲੂੰਗੀ ਸਾਰਾ ਦਿਨ ਬੈਠੀ ਰਹਿੰਦੀ ਹੈ ਜਮੇ ਨਹੀਂ ਦੇਖਦੀ ਵੀ ਕੰਮ 'ਚ ਹੱਥ ਵਟਾ ਲਾਂ ਉਹਦੇ ਨਾਲ ਹਜੇ ਦਾਲ ਸਬਜ਼ੀ ਬਣਾਉਣਾ ਵੀ ਇਹ ਫਿਰ ਰੋਟੀ ਭੇਜਣੀ ਆ ਵੀ ਤੂੰ ਚੀਰ ਲਾ ਕੋਈ ਕੰਮ ਤਾਂ ਕਰਾ ਲਾ ਝਾੜੂ ਪੋਚੇ ਪਏ ਆ ਮੇਰੇ ਮੈਂ ਤਾਂ ਕਰਨੇ ਆ ਸਾਹਮਣੇ ਤਾਂ ਪੈਣਗੇ ਕੰਮ ਹੁਣ कोई हां जी दीदी हां ताई वास्ते चाय पा के ली हां जी आनी है अच्छा ताई आज शॉपिंग करने वागी है ओए कुछ तो दवाई दा जोया गुल्ले में फोटो जांदी कुछ पर मारा पड़ा समान पर ले तन पता केड़ा दस दिया ला ले होए कौन बोले ठीक ठाक हो हां जी बढ़िया ठीक ठाक रात बन के ओ खेत गए ने ताई अच्छा अच्छा चलो ओ दा सब खेत दे भाई वाले दा हां चलो तुसी पुत्त कर मारियां आईयां ਨਹੀਂ ਤਾਂ ਫਿਰ ਕਿਦੋਂ ਬੰਦਾ ਖੇਤ ਬੰਨੇ ਸਾਰਾ ਕੁਝ ਸਾਹਮਣੇ ਮਾਲ ਪੁੱਛਣ ਤਾਂ ਕੋਈ ਸਰਦਾ ਨਹੀਂ ਉਹਨਾਂ ਨੂੰ ਤੇ ਹੋਰ ਫਿਕਰ ਨਹੀਂ ਕੋਈ ਚੱਲ ਕੋਈ ਨਹੀਂ ਤਾਂ ਜੀ ਉਹ ਤਾਂ ਜੇ ਤੁਸੀਂ ਸਾਨੂੰ ਅੱਗੇ ਵਧੀਆ ਮਿਲੇ ਹੋਏ ਹੋ ਤਾਂ ਬਸ ਹੀ ਵਧੀਆ ਉਹ ਕੋਈ ਨਹੀਂ ਭਾਈ ਨੇ ਦੇਖਣਾ ਸੀਗਾ ਇਹ ਤਾਂ ਕਹਿੰਦਾ ਹੈ ਕਿ ਹਾਂ ਖੁਸ਼ ਹੋ ਜਾਂਦਾ ਜਿੱਤ ਜਣੀ ਤੁਹਾਡੇ ਕੋਲ ਆ ਕੇ ਨਾ ਐਸਾਨ ਕੀ ਹੋ ਜਾਏ ਜਿੱਤ ਹਾਂ ਆਈ ਬਾਪੂ ਜੀ ਬਾਲਾ ਉਹ ਕਰਕੇ ਹੁੰਦੇ ਕਹਿੰਦਾ ਭਾਈ ਚੱਲ ਆਹ ਵਿਚਾਰੇ ਨੇ ਚੱਲ ਇਹਦਾ ਵਰਿੰਦਰ ਦਾ ਨਹੀਂ ਸੀ ਦੇਖਣਾ ਹੈਗਾਗਾ ਤਾਂ ਜੀ ਚਲੋ ਜਿਵੇਂ ਕੋਈ ਪਰਮਾਤਮਾ ਚੰਗੀ ਲੱਗਦੀ ਹੈ ਇਹ ਤਾਂ ਗੱਲ ਹੈ ਜੀ ਹਾਂ ਆਪਣੇ ਦਾ ਕੀ ਸਾਰੇ ਆਪਣੇ ਦਾ ਹੀ ਸਾਰੇ ਸਹੀ ਗੱਲ ਚਲ ਮੈਂ ਉਧਰ ਪੋਚੇ ਲਾਉਣ ਵਾਲੇ ਪਏ ਆ ਦੀਦੀ ਹਾਂ ਚੰਗਾ ਲਾ ਲਾ ਗਗਨ ਚਲ ਆਈ ਸੀ ਗਾ ਇਹਦਾ ਗਗਨ ਦਾ ਬਥੇਰਾ ਚੰਗਾ ਸਵਾਦ ਆਇਆ ਜੀ
ਤੇ ਠੀਕ ਹੈ ਹਾਂ ਬ੍ਰਿੰਦਰ ਚੱਲ ਜਿਵੇਂ ਛੋਟਾ ਜਿਹਾ ਸੀਗਾ ਐ ਸੀਗਾ ਵੀ ਚੱਲ ਇਹ ਆਪਾਂ ਨੂੰ ਤਾਂ ਸਾਨੂੰ ਤਾਂ ਇਹ ਜਵਾਕਾਂ ਦਾ ਇਹ ਜਵਾਕ ਉਹ ਅੱਜ ਕੱਲ ਕਿੱਥੇ ਮਿਲਦੇ ਨਾ ਹਾਂ ਜਾਂ ਬੱਤੀਆਂ ਲਾ ਕੇ ਭਾਲਣ ਵਾਲੀ ਗੱਲ ਹੋ ਜਾਂਦੀ ਐ ਸੂਦਾ ਕਰ ਮਾਣ ਗਿਆ ਤੂੰ ਬਸ ਚੱਲ ਕੋਈ ਨਹੀਂ ਤਾਂ ਜੀ ਦੂਣਾ ਬੰਦਾ ਚਿੱਤ ਵਾਦਾ ਖੇਤ ਜਾ ਕੇ ਫਿਕਰ ਨਹੀਂ ਹੋਏ ਸਰਸਰ ਹੋਵੇ ਨਾ ਕਿ ਤੂੰ ਇੱਕੋ ਹੀ ਐ ਜਿਵੇਂ ਤੁਸੀਂ ਕੋਈ ਫਿਕਰ ਨਹੀਂ ਉਹਨਾਂ ਨੂੰ ਚੱਲ ਕੋਈ ਨਹੀਂ ਤਾਂ ਜੀ ਜਾਓਗੇ ਖੇਤ ਕਰਨ ਤਾਂ ਜੀ ਮੈਂ ਜਾਣਾ ਉਧਰ ਨੂੰ ਬਿਲਾ ਕੇ ਇਧਰ ਮੈਂ ਵੱਡਾ ਵੱਡਾ ਮਾਲ ਆ ਮਾਮਾ ਗੇੜਾ ਨਾਲ ਹਾਂ ਉਹ ਵੀ ਗਏ ਹੋਏ ਨੇ ਖੇਤੀ ਨੇ ਮੈਂ ਜਾਣਾ ਮੈਂ ਕਿੱਧਰ ਜਾ ਠੀਕ ਹੈ ਤਾਂ ਜੀ ਰੋਟੀ ਬਣਾਵਾ ਤਾਂ ਜੀ ਬਸ ਬਸ ਰੋਟੀ ਰੋਟੀ ਖਾਦੀ ਬਿਲਾ ਚਾਹਦੀ ਤੁਸੀਂ ਹਾਂ ਚੱਲ ਹੁੰਦਾ ਅਸੀਂ ਆਵਾਂਗੇ ਉੱਥੇ ਰੋਟੀ ਲੈ ਕੇ ਫਿਰ ਉਦੋਂ ਕੋਈ ਨਹੀਂ ਮੈਂ ਨਾਲ ਹੀ ਪਾ ਲਿਆਉਂ ਤੁਹਾਡੀ ਰੋਟੀ ਕੋਲੀ ਕੋਲੀ ਬਸ ਹਾਂ ਚੰਗਾ ਬਿਲਾ ਚੰਗਾ ਤਾਂ ਜੀ ਅੱਗੇ ਤਾਂ ਤਾਇਆ ਵੀ ਵਿਚਾਰਾ ਇੰਨਾ ਇੰਨਾ ਟਾਈਮ ਰਿਹਾ ਬੈਠਾ ਰਹਿੰਦਾ ਬਾਪੂ ਵਰਗਿਆਂ ਕੋਲ ਚੱਲ ਆਈਆਂ ਦਾ ਟਾਈਮ ਟਾਈਮ ਦੀ ਗੱਲ ਲੈ ਕਰ ਲਾ ਕੰਮ ਸਾਰਾ ਦਿਨ ਕੋਚੇ ਲਾ ਲਾ ਉਹ ਕਰ ਲਾ ਭਾਂਡੇ ਮਾਂਜ ਲਾ ਰੋਟੀਆਂ ਪਕਾ ਲਾ ਮੈਂ ਤਾਂ ਆਹੀ ਪਾਸੇ ਜੋਗੀ ਰਹਿ ਗਈ ਕੀ ਕਰਾਂ ਮੈਂ हां गगन जे तू बनना रानी ता हो जा सयानी नहीं ता एवे बन के रह जूगी नौकरानी डिग पावणा आपे डिग्गी नु डोगी पानी हाय गगन की हो गया हाय की हो गया तेनु हाय खड़ी हो जा खड़ी हो जा की हो गया तेरे के खड़ी थी की हां दीदी तेरे के की मैं ओ हो ध्यान ना ला बस कुछ खड़ी हो हाय दीदी खड़ा नहीं कोई नहीं कोई नहीं कोई नहीं कोशिश कर थोड़ी जी खड़ी हो हाय हाय दीदी मेरी कहां जा रहा कोई नहीं कोई नहीं मैं प्रिंटर कर दी थोड़ा ही हाय लात तो मेरी हाय कोई नहीं बोझ के बोझ के ला आया तो रहा ला प्रिंटर मैं कख देखा कि जवाक जा लवे बग गया बंदे बुंदे मिलते नहीं जागराज पता नहीं तेनू पता ही पहले दिन हेलो गगन डिग भी आएंगे डिग भी अच्छा चल मैं भेज दा भाई नु हाँ मैं भाई नु भेज दा की हो गया गगन डिग भी आए कि भाई नहीं कहते पोचा लाई जाती सी चल भाई तू जाया फिर ओ मैं की करूंगा काम लिया गर्मी बाली है जा तू बग जा डिग पी होनी चक्कर चुक्कर आ गया होना दवाई दवा लिया जा बग जा तू चल तू जा हिम्मत ना बिना फिर चंगा चंगा जा भाजा ठीक सी और ਉਹ ਕਈ ਵਾਰੀ ਤਾਂ ਆ ਗਰਮੀ ਬਾਲੀ ਹੈ ਨਹੀਂ ਬਾਲੀ ਗਰਮੀ ਹੈ ਬਈ ਬਾਲੀ ਗਰਮੀ ਹੈ ਛੋਲੇ ਟਿਕਦੀਆਂ ਵੀ ਨਹੀਂ ਕੰਮ ਹੀ ਬੜਾ ਸਹੀ ਗੱਲ ਆ ਹਾਂ ਸਾਰਾ ਦਿਨ ਹੀ ਪੋਚਾ ਪੂਚਾ ਜਾ ਮਰੀ ਜਾਂਦੀ ਨਹੀਂ ਮੰਡਗਾ ਰਹਿੰਦੀਆਂ ਕਿਤੇ ਇਹ ਚੋ ਕਿਤੇ ਉਹ ਚੋ ਤੈਨੂੰ ਪਤਾ ਆਪਣੇ ਜੱਟਾਂ ਦੇ ਘਰੇ ਕੀ ਇੰਨੇ ਪੋਚਿਆਂ ਨੂੰ ਹੁੰਦਾ ਓ ਮਾਲ ਪਸ਼ੂ ਵੀ ਉਹਨਾਂ ਨੇ ਕਰਨਾ ਫਿਰ ਤੁਸੀਂ ਥੋੜਾ ਜਿਹਾ ਵੱਧ ਵੀ ਕੰਮ ਛੱਡ ਦੋ ਤੁਸੀਂ ਉਹਨਾਂ ਦੇ ਮੁੱਲੇ ਕਿਨੇ ਹੋ ਜਾਂਦਾ ਤੁਹਾਨੂੰ ਖੇਤ ਦੀ ਵੱਧ ਤਲਬ ਰਹਿੰਦੀ ਹੈ ਮਨ ਹਾਂ ਕੀ ਕਰਕੇ ਫਿਰ ਤਾਂ ਤੈਨੂੰ ਪਤਾ ਦੇ ਕਿ ਕੈਦ ਕੀ ਕੱਕ ਕੁੱਖ ਵਾਲੇ ਹੋਏ ਪਏ ਰਹੇ ਕੱਕ ਕੁੱਖ ਤਾਂ ਫਿਰ ਮਾੜਾ ਜਿਹਾ ਕਿਰਮਣ ਕਾਣੀ ਜੀ ਪੈ ਗਈ ਨਾ ਉਹਦੇ ਫਿਰ ਆ ਹੋ ਗਿਆ ਸਹੀ ਗੱਲ ਹੈ
ਚੱਲ ਉਧਰ ਵੀ ਮੇਰਾ ਖਿਆਲ ਰੱਖਾਂਗਾ ਜਵਾਕਾਂ ਦਾ ਜਵਾਕ ਚੰਗੇ ਬਹੁਤ ਕੋਈ ਗੱਲ ਨਹੀਂ ਕੋਈ ਨਹੀਂ ਹਾਂ ਅਗਲਾ ਖਿਆਲ ਰੱਖੂ ਮੈਂ ਮਾੜਾ ਜਿਹਾ ਉਹਨੇ ਭੇਜੇਗਾ ਤੇ ਦਵਾਈ ਦੱਪੇ ਦਾ ਚਲੋ ਕੋਈ ਕੋਈ ਨਹੀਂ ਠੀਕ ਹੋ ਜੂਗਾ ਆਉਂਦਾ ਖਬਰਿੰਦਰ ਆਉਂਦਾ ਫੋਨ ਲਾਤਾ ਮੈਨੂੰ ਐਸੀ ਪਹਿਲਾਂ ਤਾਂ ਨਾ ਲੈਣ ਪਵੇ ਆ ਗਏ ਓਹੋ ਕੀ ਹੋਇਆ ਵੀ ਹਾਂ ਦੇਖੇ ਤਾਂ ਡਿੱਗ ਪਈ ਹੋਰ 6 ਵਜੇ ਓਹੋ ਹਾਏ ਦੀਦੀ ਸਾਰੇ ਕੰਮ ਨਹੀਂ ਕੰਮਾਂ ਦੀ ਕੀ ਚਿੰਤਾ ਕੰਮ ਤਾਂ ਹੋ ਜਾਣਗੇ ਗੱਲ ਤਾਂ ਐ ਵੀ ਤੂੰ ਠੀਕ ਹੋ ਜੀ ਹੋਰ ਉੱਥੇ ਤਿਲਕ ਕੇ ਡਿੱਗ ਗਈ ਪੋਚਾ ਲਾਉਂਦੀ ਧਿਆਨ ਰੱਖਿਆ ਕਰ ਬੇ ਮਾੜਾ ਮੋਟਾ ਹੋਰ ਚੱਲ ਖੜੀ ਹੋ ਦਵਾਈ ਵਗਦੇ ਮਾਰੂ ਚੱਲ ਮੈਂ ਹੋਰ ਹਾਏ ਦਵਾਈ ਨਹੀਂ ਦਵਾਈ ਕੋਲ ਹਾਏ ਦੀਦੀ ਹਾਏ ਦੀਦੀ ਮੈਨੂੰ ਦਵਾਈ ਤੋਂ ਤਾਂ ਅਲਰਜੀ ਆ ਦਵਾਈ ਨਾਲ ਠੀਕ ਤਾਂ ਹੋਈ ਨਹੀਂ ਹਾਏ ਚੱਲ ਕੋਈ ਨਾ ਮੈਂ ਕਿਹੜਾ ਢਿੱਲੀਆਂ ਡਿੱਗ ਗਈਆਂ ਮੈਂ ਤਾਂ ਨਾਲੇ ਮੈਨੂੰ ਗੋਲੀਆਂ ਖਾਦੀਆਂ ਨਹੀਂ ਜਾਂਦੀਆਂ ਚੱਲ ਕੋਈ ਨਹੀਂ ਫਿਰ ਆਰਾਮ ਕਰ ਲੈਂਦੇ ਚੱਲ ਚੰਗਾ ਕੋਈ ਨਹੀਂ ਆਰਾਮ ਕਰ ਮੈਂ ਕੁਝ ਖਾਣ ਪੀਣ ਨੂੰ ਬਣਾ ਕੇ ਲਿਆਉਣੀ ਆਂ ਜੀ ਹੋਰ ਚੱਲ ਕੋਈ ਨਹੀਂ ਹੋ ਜੂਗੀ ਠੀਕ ਫਿਰ ਹਾਏ ਮੈਨੂੰ ਕਿਹੜਾ ਪਤਾ ਸੀ ਦੀਦੀ ਸਾਨੂੰ ਇੰਨੀ ਖੇਚਲਾ ਕਰਨੀ ਪਊਗੀ ਦੇਖ ਕੋਈ ਨਹੀਂ ਕੰਮ ਦਾ ਕੀ ਹੋ ਜੇਗੀ ਕੋਈ ਨਹੀਂ ਇੱਕ ਦੋ ਦਿਨਾਂ ਚ ਠੀਕ ਹੋਈ ਜਾ ਹੋਣੀ ਤਾਂ ਜੇ ਕਹੇ ਕੋਈ ਗੋਲੀ ਦੇ ਦਰਦ ਦੀ ਮਾੜੀ ਜੀ ਹੋਵੇ ਫਿਰ ਇਹ ਮੈਨੂੰ ਕਹਿੰਦੀ ਅਲਰਜੀ ਆ ਮੈਨੂੰ ਗੋਲੀ ਤੋਂ ਮੈਂ ਤਾਂ ਤਾਂ ਨਹੀਂ ਡਰਦੀ ਨੇ ਦਿੱਤੀ ਵੀ ਮੈਂ ਨਹੀਂ ਲੈਣੀ ਗੋਲੀ ਮਾਪੇ ਠੀਕ ਹੋ ਚੱਲ ਕੋਈ ਨਹੀਂ ਆਇਆ ਟੁੱਟਣਾ ਪਰ ਬਚਣਾ ਤਾਂ ਬਚੀ ਆ ਉਹ ਬਸ ਉਹ ਤੜਕਾ ਘੈਂਡੇ ਤੇ ਵੀ ਇੱਥੇ ਸੱਟ ਲੱਗ ਗਈ ਹੋ ਜੂ ਕੋਈ ਨਹੀਂ ਕੱਲ ਤੱਕ ਠੀਕ ਚੱਲ ਮੈਂ ਲਿਆਉਣੀ ਆਂਗੀ ਬਣਾ ਕੇ ਕੁਛ ਚੰਗਾ ਕੁਛ ਮਰਜ਼ੀ ਲਿਆ ਦੋ ਦੀਦੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਆ ਕੇ ਮੈਂ ਲਿਆਉਣੀ ਹਾਂ ਵਿਚਾਰੀ ਦੀਦੀ ਨੂੰ ਸਾਰਾ ਕੰਮ ਕਰਨਾ ਪਿਆ ਕਰੂ ਹਾਏ ਮੈਨੂੰ ਤਾਂ ਟੈਨਸ਼ਨ ਹੋ ਗਈ ਮੈਨੂੰ ਤਾਂ ਆ ਰਿਹਾ ਹੈ ਭਾਬੀ ਨੂੰ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਹੋ ਜਾ ਠੀਕ ਕਰ ਲੂਗੀ ਉਹਨਾਂ ਚਿਰ ਪਹਿਲਾਂ ਵੀ ਕੀਤਾ ਹੀ ਹੈ ਹਾਏ ਲੈ ਗਾ ਗਣ ਆ ਚਾਹ ਪੀ ਲੈ ਮੈਂ ਦੁੱਧ ਚ ਪੱਤੀ ਪਾ ਕੇ ਲਈ ਦੀਦੀ ਚਾਹ ਮੇਰਾ ਚਾਹ ਪੀਣ ਨੂੰ ਜੀ ਨਹੀਂ ਕਰਦਾ ਮੈਂ ਤਾਂ ਆ ਮੈਂ ਜੂਸ ਪੀ ਲਾ ਥੋੜਾ ਜਿਹਾ ਅੱਛਾ ਚੱਲ ਕੋਈ ਨਹੀਂ ਫਿਰ ਲਿਆ ਮੈਨੇ ਜੂਸ ਆ ਜਾ ਬ੍ਰਿੰਦਾ ਆ ਜਾ ਬਣਾ ਕੋਈ ਮਾਰਾ ਡਾਕਟਰ ਦੱਸ ਕੇ ਕੋਈ ਇਹਦੇ ਨਾਲ ਮਨ ਨਾਲ ਹੀ ਮਨ ਨੂੰ ਲੈ ਆਵਾਂਗੇ ਹਾਂ ਚੱਲ ਤੇ ਨਾਲੇ ਚਾਹ ਫਿਰ ਇਹਨੂੰ ਜੂਸ ਲਿਆ ਦੇਣੀ ਚੱਲ ਬੋਤਲ ਆ ਨਾ ਲੈ ਵਧੀਆ ਡੱਬੇ ਆ ਲੈ ਕੋਈ ਨਹੀਂ ਕੋਈ ਕੋਈ ਨਹੀਂ ਵਧੀਆ ਲਿਆ ਕੇ ਦੇਵਾਂਗੇ ਚੱਲ ਮੈਂ ਜਾਨੀ ਆ ਕਿ ਨਾਲੇ ਉਹਨੂੰ ਦੱਸ ਕੇ ਨਾ ਵੀ ਆਹ ਕੋਈ ਆਹ ਦੇ ਦੂੰਗਾ ਮਾਸਨ ਨੂੰ ਚੱਲ ਗੋਲੀ ਰਿਐਕਸ਼ਨ ਕਰਤੀ ਜੇ ਤੈਨੂੰ ਕੋਈ ਗੱਲ ਨੀ ਕੋਈ ਨੀ ਬਣਾ ਲਾਂਗੇ ਤੈਨੂੰ ਪਤਾ ਕੰਮ ਜੇ ਨਾ ਬਾਹਲੇ ਹੋਏ ਪਏ ਕੰਮ ਜੇ ਕਰ ਲਾ ਪਹਿਲਾਂ ਠੀਕ ਚਾਹ ਕੋਈ ਨੀ ਪੈ ਜਾ ਮੈਂ ਬਣਾ ਦੂ ਜਾਂਗਾ ਖੀਰ ਤਾਂ ਕੋਈ ਨੀ ਕੋਈ ਨਾ ਜੀ ਹਾਂ ਮੈਂ ਰੋਟੀ ਹੀ ਬਣਾ ਲੈਣਾ ਫਿਰ ਜੇ ਰੋਟੀ ਬਣਾ ਕੇ ਆਉਣੀ ਹੋਊਗੀ ਤੇ ਕਰਦਾ ਮੈਂ ਫਟਾਫਟ ਕੰਮ ਜੀ ਕਰ ਲਾ ਮੈਥੋਂ ਤਾਂ ਹੁੰਦੇ ਨੀ ਨਾ ਚਾਹ ਕੇ ਵੀ ਨੀ ਕਰਦੀ ਮੈਂ ਤਾਂ ਆਪਣਾ ਹਾਂਜੀ ਕੀ ਕਰੀ ਜਾਂਦੀ ਸੀ ਬਸ ਕੁਛ ਨੀ ਚੱਕ ਤਰਜੀ ਕਰਦੀ ਸੀ ਮੈਂ ਤੇ ਬਰਿੰਦਰ ਖੇਤ ਜਾਂਦੇ ਆ ਤੇ ਮੇਰੀ ਗੱਲ ਸੁਣ ਸਾਡੀ ਰੋਟੀ ਲੈ ਕੇ ਅੱਜ ਖੇਤ ਆ ਜੀ ਕੋਈ ਗੱਲ ਨਹੀਂ ਲੈ ਆਉਂਗੀ ਬਸ ਹਾਂ ਅੱਜ ਸਾਰਾ ਦਿਨ ਹੀ ਰਹਾਂਗੇ ਉੱਥੇ ਠੀਕ ਹੈ ਕੋਈ ਨਹੀਂ ਆ ਜੂਗੀ ਰੋਟੀ ਲੈ ਕੇ ਬਸ ਮੈਂ ਸਬਜ਼ੀ ਤਾਂ ਬਣੀ ਪਈ ਰੋਟੀਆਂ ਪਕਾਉਣ ਵਾਲੀ ਮੈਂ ਚਾਰ ਪਕਾ ਕੇ ਆ ਜੂ ਬਸ ਘੰਟੇ ਕੁ ਤੱਕ ਲੈ ਗਾ ਨਾ ਹਾਂ ਦੀਦੀ ਮੈਂ ਕਹਿੰਦੀ ਸੀਗੀ ਆ ਜਾ ਆਪਾਂ ਰੋਟੀ ਫੜਾਏ ਹੌਲੀ ਹੌਲੀ ਤੁਰੀ ਜਾਏ ਨਾਲੇ ਫਿਰ ਸੱਟ ਜੇ ਹੋ ਜਾਏਗੀ ਮਾੜਾ ਮਾੜਾ ਹਾਏ ਨਹੀਂ ਦੀਦੀ ਮੈਂ ਤਾਂ ਇੱਥੇ ਦਰਦ ਹੀ ਵਾਲਾ ਹੁੰਦਾ ਖੜਾ ਤਾਂ ਹੋਇਆ ਨਹੀਂ ਜਾਂਦਾ ਮੈਂ ਕਹਿੰਦੀ ਸੀ ਹੌਲੀ ਹੌਲੀ ਵਗ ਜਾਂਗੀ ਕਿਹੜਾ ਕਾਲੀ ਹੈ ਤੂੰ ਹੀ ਵਗ ਜਾਣਾ ਦੀਦੀ ਇੱਕ ਤਾਂ ਗਰਮੀ ਹੈ ਵੀ ਉੱਤੋਂ ਮੇਰੀ ਕਮਰ ਦੁਖਦੀ ਹੈ ਕੀ ਪਤਾ ਉੱਥੇ ਰਾਹ 'ਚ ਹੋਣਾ
100 ਟੋਏ ਟੱਪੇ ਆਉਣਗੇ। ਇਹ ਵੀ ਤੇਰੀ ਗੱਲ ਠੀਕ ਆ। ਚਾ ਕੋਈ ਨਹੀਂ ਤੂੰ ਆਰਾਮ ਕਰ ਲੈ, ਮੈਂ ਰੋਟੀ ਫੜਾ ਆਇਆ ਮੈਂ ਫਿਰ। ਚੰਗਾ ਕੋਈ ਗੱਲ ਨਹੀਂ। ਹਾਂ ਬਾਹਰ ਮੈਂ ਲਾ ਜਾਨੀ ਅੱਗੇ ਉਹ ਬਸ ਕੋਈ ਨਹੀਂ ਭੇੜ ਜੂਗੀ ਕਿਹਨੇ ਆਉਣਾ। ਦੀਦੀ ਛੇਤੀ ਆ ਜੀ, ਮੈਨੂੰ ਕੁਛ ਆ ਕੇ ਦੇ ਦੀ ਖਾਣ ਪੀਣ ਨੂੰ। ਕੋਈ ਨਹੀਂ ਕੋਈ ਨਹੀਂ ਠੀਕ ਹੈ। ਹੋਰ ताई आ जा नंगे नंगे हाँ ताई मत्था टेक दिया। बस कह दे ठीक है ताई, पुछ ना बस सटता किसी दे बज ना जावे। मैनू तो पाए दसना है तू डिगी है सत्त बजी तेरे। हाँ ताई ओही गल करती हाँ मैं भी, सटता बज ना जावे किसी दे। मैं देखा तेन आम मैं तो आँदी सी जो तू डांस करी जाती सी। नहीं ताई वो मैं डांस नहीं करती सी। अच्छा। वो मैं ना वो बह के आए करके देखती सी भी आ आ भी मेरी कमर माड़ी मोटी हलदी है। अच्छा। हाँ वो तेनों ऐ लगे। अच्छा। हाँ मैं चल घरे कली खड़ी होके देखना। अच्छा ते आमने दिसदी और रोटी लेके गई है खेत। अच्छा ताई ये चाह पीने कर ला घुट। ना ना बस बस चाह तो मैं पी के आई हूँ, मैं तो तेरा पता लैन आई। चल बढ़िया होया ताई तू मेरे को बह गई, मैं भी कली पई सी बाबा। चल हो गया मैं ना मैं आई नहीं, मैं देख दी सी महामन भी आ जांदी। चल भाई फिर मैं ता चली घर नु, साडा भी घर सुनना हैगा ते सट ता तेरे ना गहरी बजी। आपदा ध्यान रखी, जिंदगी बनदी नहीं दोबारे दोबारे नहीं बनदी हुंदी जिंदगी। आपदा कोई अंब उंब हल्दी मंगा के खा लिया कर दुध नाल। ठीक है ताई ये तो मेरा ख्याल ही नहीं आया सी। ओदे नाल सट ठीक हो जांदी है। मंगा लो मैं ताजी मंगा लो। हां ओदे नाल सट ठीक हो जांदी है। ठीक है ताई कोई गल नहीं, भी आपदी अजी कोई देसी दवाई खा ला। हां हां ताई जरूर। हां ठीक दी तां मैं अमन नूं सी फिर मैं तां जाननी है भाई, साडा भी घर सुनना हैगा। कोई ना ताई जी है। रोटी लेके गई मैं आख्या चल मैं पागा गंदा पता लिया वा। अच्छा मैनू कहंदी के बह जा ताई के चाह के भी आपे घुट कर ला। कहंदी हां फिर ओ तो उठया नहीं आंदा 7 बजे पईया। ओ तो चाह ता मैं पी के आई आ, चाह दी ता मैनू कोई लोड नहीं। ते मेरे ताऊ जी नू ना आंदा हो डांस किया करी जांदी सी, पता नहीं ता भाई चौड़ करदी सी। ओही चौड़ करदी ऊ डांस ता केड़ा करना, ओ तो उठया भी नहीं आंदा। तुसी भैणा भैणो साडा प्यार है, कल गल करी गाहां हो जांदी। अगला कहंदा ताई ने चुगली करती। नहीं ओही ताई तैनू भलेखा लग्गिया, ओ ता सट ता मेरे सामने ही वज्जी ओदे भी। ओ ता भाई चल वज्जी हो सट ता हुण आपां नू हुण वी डांस जा करी जांदी सी मेरे आउंदी। चल कोई ना ही आ जा चाह दी घुट बना लैनी। चाह दी घुट दी ता मैनू हुण कोई लोड़ नहीं, साडे भी घरे आए गए आए ना ते मैनू रा दित्ती जांदे होणगे घरे। अच्छा हुण आपां फेर मिलदे आगे ते ना ता गल्लां अज रहेगियां मेरे। चल कोई नहीं ताई। हां चंगा फेर आपां फेर मिलदे। चंगा चंगा। हां बस मैं इत्थों भी ताही निगेड़ा वज्जे हफ्ता हो गया। ताई आए कहिंदी सी जी भी गागन डांस करी जांदी सी, पर ओही ताई नूं भलेखा लग गया होगा ओ हाई चौड़ चिट्टी जी। ਵਧੀਆ ਮਾਂ ਠੀਕ ਹੈ ਮੈਂ ਤਾਂ। ਹਾਂ ਵਧੀਆ ਰਹਿੰਦੇ ਹਾਂ, ਕੰਮ ਟਾਈਮ ਨਾਲ ਹੀ ਮੁੱਕ ਜਾਂਦਾ ਬਸ। ਟੀਵੀ ਲਾਈ ਪਈ ਹਾਂ ਹੁਣ ਤਾਂ ਮੈਂ। ਠੀਕ ਵਧੀਆ। ਹੋਰ ਕਦੋਂ ਆਉਣਾ ਫਿਰ? ਅੱਛਾ ਠੀਕ ਆ ਮਾਂ ਠੀਕ ਆ ਵਧੀਆ। ਹਾਂ ਹਾਏ ਮਾਂ ਫੋਨ ਕੱਟ, ਖੱਲੀ ਚੜ ਗਈ ਮੇਰੀ। ਓਹੋ चल चंगा कोई नहीं पै जा। चल मैं तो बस सनी सुनी लाउनी है, रोटी फड़ा के आई सी।
ਕਰ ਲਾ ਦੀਦੀ ਕੰਮ ਹੋਰ। ਚੰਗਾ ਫਿਰ ਤਾਂ ਜੀ ਵੀ ਨੀ ਕਰਦਾ ਤਾਂ ਇੱਥੋਂ ਕੰਮ ਕਰਾਉਣੀ ਆ ਮੈਂ। ਚੱਲ ਕੋਈ ਨੀ। ਹਾਏ ਹਾਏ ਤਾਂ ਇੱਥੋਂ ਕੰਮ ਮੈਂ ਕਰਾਉਣੀ ਆ। ਜੀ ਤਾਂ ਮੇਰਾ ਕਰਦਾ ਤਾਂ ਕਰਾਉਣੀ ਆ। ਲੈ ਤਾਈ ਸਹੀ ਕਹਿੰਦੀ ਸੀਗੀ ਕਿੰਨੇ ਪਖੰਡ ਕਰਦੀ ਐ। ਮੈਂ ਤਾਂ ਇਹਨੂੰ ਐਂ ਸਮਝਦੀ ਸੀ ਆਪਦੀਆਂ ਛੋਟੀਆਂ ਭੈਣਾਂ ਵਾਂਗੂ ਵੀ ਚੱਲ ਜਵਾਕ ਨਹੀਂ ਨਿਆਣੀ ਆ ਇਹ ਮੇਰੇ ਨਾਲ ਹੀ ਪਖੰਡ ਕਰੀ ਜਾਂਦੀ ਹੈ। ਕੋਈ ਨਾ ਪਖੰਡ ਤਾਂ ਤੇਰੇ ਮੈਂ ਕੱਢੂੰਗੀ ਤੇਰੇ ਪਖੰਡਾਂ ਦਾ ਡਾਕਟਰ ਮੈਂ ਹੀ ਬਣੂ। ਆ ਜਾਂਦੇ ਅੱਜ ਇਹਨਾਂ ਨੂੰ ਵੀ ਕਰਦੀ ਇਹਨਾਂ ਕੋਲ ਵੀ ਗੱਲ। ਆ ਜਾ ਕੇ ਨਾ ਆਪਾਂ ਨਾ ਮੇਰੀ ਗੱਲ ਸੁਣ ਲੱਗਦੇ ਹੱਥੋਂ ਨਾ ਦੱਸ ਜੇ ਕੁਤਰੀ ਦਿੰਦੇ ਹਾਂ ਬਾਈ ਬਣ ਕੇ ਚੰਗਾ ਨਵੇੜ ਕੰਮ ਬਈ ਆ। ਹੋਰ ਲੈ ਧਰਦੇ ਇੱਥੇ ਇੱਧਰ ਧਰਦੇ ਆ ਜਾ ਕਿਰਾ ਚੜਾ ਪਟਾ ਤੇ ਹੁਣ ਕਦੋਂ ਦਿੰਦੇ ਆਪਾਂ ਪਾ ਲੈ ਨੂੰ ਮੇਰੀ ਗੱਲ ਸੁਣਿਓ। ਹਾਂ ਉਰੇ ਆਇਆ ਪਹਿਲਾਂ ਮੇਰੀ ਗੱਲ ਸੁਣ। ਹਾਂ ਹਾਂ ਕੀ ਹੋ ਗਿਆ ਉਰੇ ਆ ਵਰਿੰਦਰ ਤੂੰ ਵੀ ਕੀ ਹੋਇਆ ਵੀ ਹੋਇਆ ਤਾਂ ਕੁਛ ਨਹੀਂ ਦੇਖ ਗਾਗਨ ਨੂੰ ਮੈਂ ਨਾ ਐ ਛੋਟੀਆਂ ਭੈਣਾਂ ਵਾਂਗੂ ਰੱਖਦੀ ਆ ਤੁਹਾਡੇ ਸਾਹਮਣੇ ਕੋਈ ਫਰਕ ਨਹੀਂ ਨਾ ਰੱਖਦੀ। ਹਾਂ ਪਰ ਗਾਗਨ ਨਾ ਉਹਦੇ ਦੀ ਜਾਣ ਕੇ ਪਖੰਡ ਕਰੀ ਜਾਂਦੀ ਉਹਦੇ ਕੋਈ ਸੱਟ ਨਹੀਂ ਵੱਜੀ। ਅੱਛਾ ਹਾਂ ਅੱਜ ਮੈਂ ਦੇਖ ਲਈ ਆਪਦੀ ਮੰਮੀ ਨਾਲ ਲਿਟ ਲਿਟ ਗੱਲਾਂ ਕਰੀ ਜਾਵੇ ਫੋਨ ਤੇ ਜਦੋਂ ਮੈਨੂੰ ਦੇਖ ਲਿਆ ਫੇਰ ਕਹਿੰਦੀ ਹਾਏ ਮੇਰੀ ਕਮਰ ਮੈਨੂੰ ਤਾਂ ਇੰਨਾ ਦੁੱਖ ਜਿਹਾ ਹੋਇਆ। ਮੈਂ ਕਰਦਾ ਝੰਡੋ ਦੀ ਖੜ ਜਾ ਮੇਰੀ ਗੱਲ ਸੁਣ। ਚੱਪਰ ਐ ਨੀ ਮੈਂ ਤੁਹਾਨੂੰ ਦੱਸਿਆਗਾ ਵੀ ਆਏ ਆਗਾ ਵੀ ਚੱਲ ਕੱਲ ਨੂੰ ਕੋਈ ਗੱਲ ਹੁੰਦੀ ਹੈ ਫਿਰ ਉਹ ਹੋ ਜਾਂਦਾ। ਮੈਂ ਤੈਨੂੰ ਦੱਸਿਆ ਮੈਂ ਸੁਧਾਰੂ ਆਪ ਹੀ ਲਓ ਮੇਰੀ ਗੱਲ ਸੁਣੋ ਤੁਸੀਂ ਠੀਕ ਆ ਮੈਂ ਜਿਵੇਂ ਕਹਿਣੀ ਆ ਬਸ ਤੁਸੀਂ ਉਵੇਂ ਕਰਿਓ। ਪਾਣੀ ਪੂਣੀ ਰੱਖ ਕੱਢ ਕੇ ਠੀਕ ਆ ਠੀਕ ਚੰਗਾ ਦੇਖ ਲੈ ਲੈ ਹੱਦ ਹੋਈ ਪਈ ਹੈ ਬਈ ਮੈਨੂੰ ਸ਼ੱਕ ਤਾਂ ਪਹਿਲੀ ਪੈਂਦਾ ਸੀ ਇੱਕ ਦੋ ਵਾਰੀ ਰਾਤ ਜੀ ਨੂੰ ਬੋਲਿਆ ਨੀ ਮੈਂ ਕਿਹਾ ਚੱਲ ਤੈਨੂੰ ਕਰਨੇ ਪੈਣਗੇ ਹੁਣ ਤਾਂ ਇਹ ਡਿੱਗ ਪਈ ਫਿਰ ਹੁਣ ਤੂੰ ਠੀਕ ਹੈਗੀ ਤੈਨੂੰ ਕੰਮ ਕਰਨੇ ਪੈਣਗੇ ਸਾਰੇ ਕੰਮ ਤਾਂ ਮੈਂ ਕਰ ਲਿਆ ਕਰੂੰ। ਕੀ ਹੋ ਗਿਆ ਗਗਨ ਗਗਨ ਕੀ ਹੋ ਗਿਆ ਗਗਨ ਕਿਹੜੀ ਗਗਨ ਸੀਤੋ ਆ ਮੈਂ ਹੈ ਹੈ ਸੀਤੋ ਕੌਣ ਹਾਂ ਪਰੇ ਹੋ ਜਾ ਮੈਥੋਂ ਕੰਮ ਮੈਨੂੰ ਕਰਾਉਣੇ ਆਉਂਦੇ ਆ ਮਾਰ ਦੂ ਮੈਂ ਸਾਰਿਆਂ ਨੂੰ ਜਾ ਕੇ ਉਹਦੇ ਆਦੇ ਕੰਮੇ ਲੱਗ ਜੋ ਉਹ ਕੀ ਹੋ ਜਾਂਦਾ ਬਾਈ ਇਹ ਉਹ ਕੀ ਕਰੀ ਜਾਂਦੇ ਤੁਸੀਂ ਮੈਂ ਬੰਦਾ ਸਹੀ ਬੰਦਾ ਬੰਦਾ ਪਖੰਡ ਧਾਰ ਲਿਆ ਸੀ ਮੈਂ ਸਾਰੇ ਕੰਮ ਕਰ ਲਿਆ ਕਰੂ ਆਪਦੀ ਦੀਦੀ ਮੈਨੂੰ ਆਪਦੀ ਦੀਦੀ